ਹਾਂਜੀ ਅਸੀਂ ਅੱਜ ਸਟਾਕਟਨ ਗੁਰੂ ਕਰਿਆ ਸਟਾਕਟਨ ਗੁਰਦੁਆਰਾ ਜਿਹੜਾ ਕਿ 1912 ਚ ਸਟੈਬਲਿਸ਼ ਹੋਇਆ ਸੀ ਸ਼ੁਰੂ ਕੀਤਾ ਗਿਆ ਸੀ ਐਸੀ ਜਗ੍ਹਾ ਤੇ ਆ ਪਹਿਲਾ ਹਾਲ ਸੀ ਗੁਰਦੁਆਰੇ ਦਾ ਜਵਾਲਾ ਸਿੰਘ ਤੇ ਵਿਸਾਖਾ ਸਿੰਘ ਦੋ ਫਾਰਮਰ ਸੀ ਇਸ ਏਰੀਆ ਦੇ ਵਿੱਚ ਜਵਾਲਾ ਸਿੰਘ ਦੇ ਕੋਲ ਉਹਨੇ ਕੋਈ 300 ਕਿੱਲੇ ਜ਼ਮੀਨ ਲੀਸ ਤੇ ਲੈ ਕੇ ਕਿਰਾਏ ਤੇ ਲੈ ਕੇ ਵਾਹਦੇ ਸੀਗੇ ਤੇ ਪਹਿਲਾਂ ਪਹਿਲਾਂ ਉਹਨੇ ਗੁਰੂ ਗ੍ਰੰਥ ਸਾਹਿਬ ਇੰਡੀਆ ਤੋਂ ਲੈ ਕੇ ਆਏ ਤੇ ਖੱਤਿਆਂ ਦੇ ਵਿੱਚ ਹੀ ਦਮਾਨ ਲਾਉਂਦੇ ਸੀ ਤੁਸੀਂ ਬਾਰੇ ਉਹਨੂੰ ਸੋਚਿਆ ਕਿ ਸੰਗਤ ਬਦਲ ਰਹੀ ਸੀ ਇਸ ਏਰੀਆ ਦੇ ਵਿੱਚ ਕਾਫੀ ਇਸ ਇਲਾਕੇ 'ਚ ਕਿ ਗੁਰੂ ਘਰ ਆਪਣਾ ਹੋਣਾ ਚਾਹੀਦਾ ਤੇ ਆਹ ਜਗਾ ਜ਼ਮੀਨ ਲੈ ਕਿਉਂ ਨਹੀਂ ਇੱਥੇ ਫਿਰ ਗੁਰੂ ਘਰ ਸ਼ੁਰੂ ਕੀਤਾ ਸੀ ਆੜੀ ਬਿਲਡਿੰਗ ਦੇ ਵਿੱਚ ਅਸੀਂ ਖੜੇ ਆ ਇਹ ਪਹਿਲੀ ਬਿਲਡਿੰਗ ਗੁਰੂ ਘਰ ਦੀ ਸੀਗੀ ਤੇ ਇਹ ਜਿਹੜੀ ਚੀਜ਼ ਹੈ ਇਹ ਹੈਗੀ ਪ੍ਰਿੰਟਿੰਗ ਪ੍ਰੈਸ ਇਹ ਗਦਰ ਮੂਵਮੈਂਟ ਦੀ ਗਦਰੀ ਬਾਬਿਆਂ ਦੀ ਪ੍ਰਿੰਟਿੰਗ ਪ੍ਰੈਸ ਹਾਲੇ ਵੀ ਪਈ ਹੈ ਇੱਥੇ ਇਹ ਪਹਿਲੇ ਜਿਹੜਾ ਗੁਰੂ ਘਰ ਇਹਨਾਂ ਦਾ ਗਦਰ ਮੂਵਮੈਂਟ ਦਾ ਆਪਣਾ ਘਰ ਸੀ ਆਪਣਾ ਯੁਗੰਤਰ ਹਾਊਸ ਇਹ ਜਿਹੜਾ ਕਿ ਸੈਂਟਰ ਪ੍ਰੈਸ ਕੋਦੇ ਵਿੱਚ ਸੀ ਉੱਥੇ ਪਈ ਹੁੰਦੀ ਸੀ ਉੱਥੇ ਪ੍ਰਿੰਟਿੰਗ ਕਰਦੇ ਸੀ ਉਹ ਅਖਬਾਰ ਨੂੰ ਛਾਪਦੇ ਸੀ ਜਿਹੜੀ ਕਿ ਦੁਨੀਆ ਪਰ ਭੇਜੀ ਜਾਂਦੇ ਸੀਗੀ ਹਰ ਜੁਵਾਨ ਦੇ ਵਿੱਚ ਪਹਿਲਾਂ ਪਹਿਲਾ ਉਹਦੀ ਵਰਸ਼ਿੰਡਾ ਪਹਿਲਾ ਪ੍ਰਿੰਟ ਆਇਆ ਸੀ ਉਹਦਾ ਉਹ ਉਰਦੂ ਚ ਸੀ ਉਸ ਤੋਂ ਬਾਅਦ ਪੰਜਾਬੀ ਤੇ ਬੰਗਾਲੀ ਦੇ ਵਿੱਚ ਵੀ ਹੋਰ ਕਈ ਕਈ ਭਾਸ਼ਾਵਾਂ ਦੇ ਵਿੱਚ ਤੇ ਇੱਥੋਂ ਉਹ ਨੂੰ ਭੇਜਦੇ ਸੀਗੇ ਰਸ਼ੀਆ ਤੱਕ ਵੀ ਜਿੱਥੇ ਜਿਹੜੇ ਸਾਡੇ ਫ੍ਰੀਡਮ ਫਾਈਟਰਸ ਬੈਠੇ ਸੀਗੇ ਰਸ਼ੀਆ afghanistan ਯੂਰਪ ਦੇ ਵਿੱਚ ਵੀ ਪੇਪਰ ਜਾਂਦਾ ਰਿਹਾ ਉਹ ਤੇ ਮਲੇਯਾ ਤੇ ਬਰਮਾ ਬਰਮਨ ਵਿੱਚ ਆਪਣੇ ਬੰਦੇ ਬੜੇ ਬੈਠੇ ਸੀ ਉਸ ਟਾਈਮ ਦੇ ਜਿਹੜੇ ਕਿ ਆਪਣੀ ਹਿੰਦੁਸਤਾਨ ਦੀ ਧਰਤੀ ਵਾਸਤੇ ਲੜ ਰਹੇ ਸੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਇਹ ਪੇਪਰ ਉਥਰ ਕਿ ਹੁੰਦਾ ਸੀ ਤੇ ਪੇਪਰ ਦੇ ਛਾਪਣ ਵਾਲਾ ਕੌਣ ਸੀ ਕਰਤਾਰ ਸਿੰਘ ਸਰਾਬਾ ਕਰਤਾਰ ਸਿੰਘ ਸਰਾਬਾ ਜਿਹੜਾ ਸਾਡੇ 15 16 ਸਾਲ ਦੀ ਉਮਰ ਚ ਇੱਥੇ ਆਇਆ ਸੀ ਪੜ੍ਹਨ ਵਰਕਲੀ ਯੂਨੀਵਰਸਿਟੀ ਤੇ ਉਹ ਗਦਰ ਮੂਵਮੈਂਟ ਜੇ ਕਿਸ ਤਰ੍ਹਾਂ ਇਨਵੋਲ ਹੁੰਦਾ ਤੇ ਕਿਸ ਤਰ੍ਹਾਂ ਉਹਨੂੰ ਇਹ ਡਿਊਟੀ ਮਿਲਦੀ ਹੈ ਕਿ ਤੇ ਪੇਪਰ ਦਾ ਐਡੀਟਰ ਤੂੰ ਹੈ ਤੂੰ ਆਪਣਾ ਪੇਪਰ ਤੇ ਉਹ ਤੁਸੀਂ ਫਿਲਮ 'ਚ ਦੇਖੋਗੇ ਸਰਬਾਫਿਲ ਇਹ ਆਕਲੀ ਉਹਦੀ ਗਦਰ ਮੂਵਮੈਂਟ ਦੀ ਗਦਰੀ ਬਾਬਿਆਂ ਦੀ ਸੈਕੰਡ ਪ੍ਰਿੰਟ ਇੰਪ੍ਰੈਸ ਹੈ ਪਰ ਜ਼ਿਆਦਾਤਰ ਇਸ ਨੂੰ ਵਰਤਿਆ ਗਿਆ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਸੀਗੀ ਤੇ ਇਹ ਨਹੀਂ 흘ਈ ਇਹ 1913 ਦੇ ਵਿੱਚ ਤੇ ਇਹ ਅੱਜਕੱਲ ਸਟਾਕਟਰੋਂ ਘਰ ਚੇ ਪਈ ਹੈ ਇੱਥੇ ਇੱਕ ਮਿਊਜ਼ੀਅਮ ਬਣੀ ਹੋਈ ਹੈ ਛੋਟੀ ਜੀ ਉਸ ਵਿੱਚ ਪਈ ਹੋਈ ਹੈ ਕਾਫੀ ਪਾਰਟ ਦੇ ਟੁੱਟ ਗਏ ਨੇ ਪੁਰਾਣੀ ਹੋ ਗਈ ਹੈ ਇੱਕ ਘਰਚੇ ਪਈ ਹੁੰਦੀ ਸੀ ਰਿਚਮੈਂਟ ਦੇ ਵਿੱਚ ਜਿੱਥੇ ਕਿ ਬੇਸਮੈਂਟ ਜੇ ਸੀ ਉਹ ਉੱਥੇ ਗਦਰੀ ਬਾਬਿਆਂ ਦਾ ਹੋਰ ਵੀ ਬਹੁਤ ਅਖਬਾਰਾਂ ਸਿਗੀਆਂ オリジナル ਫੋਟੋਗ੍ਰਾਫਸ ਤੇ ਮੈਂ ਉਸ ਘਰ ਬੜਾ ਜਾਂਦਾ ਹੁੰਦਾ ਸੀ ਮੈਂ ਲਾਗੇ ਪੜਦਾ ਸੀ ਸਟੇਟ ਯੂਨੀਵਰਸਿਟੀ ਤੇ ਮੈਂ ਵੀਕਐਂਡ ਦੇ ਵਿੱਚ ਉੱਥੇ ਜਾਣਾ ਤੇ ਤੇ ਬਜ਼ੁਰਗ ਹੁੰਦੇ ਸੀ ਢਿੱਲੋਂ ਸਾਹਿਬ ਜਿਹੜੇ ਗਦਰ ਮੂਵਮੈਂਟ ਦੇ ਲਾਸ ਸਰਵਾਈਵਿੰਗ ਫੈਕਟਰੀ ਸੀ ਉਸ ਟਾਈਮ ਤੇ 1970 5 4 373 734 735 ਦੀਆਂ ਗੱਲਾਂ ਨੇ ਤੇ ਬਾਅਦ ਚ ਪਤਾ ਲੱਗਾ ਕਿ ਉਸ ਘਰ ਨੂੰ ਅੱਗ ਲੱਗੀ ਸੀ ਤੇ ਪ੍ਰਿੰਟਿੰਗ ਪ੍ਰੈਸ ਹੀ ਬਚੀ ਕਿਉਂਕਿ ਲੋਹੇ ਦੀ ਹੈ ਤੇ ਫਿਰ ਇਹਨੂੰ ਚੱਕ ਕੇ ਇੱਥੇ ਲਿਆਂਦਾ ਗੁਰੂ ਘਰ 'ਚ ਸਟਾਕਟਨ ਗੁਰਦੁਆਰਾ ਸਟਾਕਟਨ ਗੁਰੂ ਘਰ ਜਿਹੜਾ ਕਿ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰੂ ਘਰ ਹੈ ਇਹ ਪ੍ਰਿੰਟਿੰਗ ਪ੍ਰੈਸ ਇੱਥੇ ਪਈ ਹੋਣੀ ਸਲਾਬੇ ਦੀ ਪ੍ਰੈਸ ਤੇ ਜਵਾਲਾ ਸਿੰਘ ਤੇ ਬਸਾਕਾ ਸਿੰਘ ਜੀ ਨੇ ਇਹ ਜਗਾ ਕਿਉਂ ਯਾਨੀ ਕਿ ਚੁਣੀ ਜਿੱਥੇ ਗੁਰੂ ਘਰ ਇੱਥੇ ਹੋਣਾ ਜ਼ਿਆਦਾ ਹੈ ਇਹਦਾ ਵੀ ਇੱਕ ਰੀਜ਼ਨ ਹੈ ਕਿ ਇਹਦੇ ਗੁਰੂ ਘਰ ਦੇ ਪਿੱਛੇ ਇੱਕ ਰੇਲਵੇ ਲਾਈਨ ਦੀ ਪਟੜੀ ਜਾਂਦੀ ਹੈ ਜਿੱਥੇ ਆਪਣੇ ਲੋਕੀ ਕਾਫੀ ਕੰਮ ਵੀ ਕਰਦੇ ਹੁੰਦੇ ਸੀਗੇ ਵੱਖਰੇ ਵੱਖਰੇ ਸ਼ਹਿਰਾਂ ਚ ਰਹਿ ਕੇ ਨਾਲ ਦੇ ਛੋਟੇ ਛੋਟੇ بڑے ਪਿੰਡ ਨੇ بڑے ਸ਼ਹਿਰ ਨੇ ਇਥੇ ਇਸ ਰੇਲਵੇ ਲਾਈਨ ਦੇ ਉੱਤੇ ਤੇ ਇੱਕ ਤਾਂ ਉਹਨਾਂ ਵਾਸਤੇ ਬੜਾ ਆਸਾਨ ਸੀਗਾ ਕਿ ਰੇਲਵੇ ਲਾਈਨ ਤੇ ਤੁਰੇ ਤੁਰੇ ਆਣਾ ਗੁਰੂ ਘਰ ਪਹੁੰਚਣਾ ਗੁਰੂ ਘਰ ਲੱਭਣਾ ਸੌਖਾ ਸੀ ਗੁਰੂ ਘਰ ਨੂੰ ਆਣਾ ਸੌਖਾ ਸੀਗਾ ਇਸ ਕਰਕੇ ਕਿਉਂ ਨਹੀਂ ਬਹੁਤ ਸੋਚ ਸਮਝਦੇ ਨਾਲ ਗੁਰੂ ਘਰ ਨੂੰ ਇੱਥੇ ਚੁਣਿਆ ਜਗ੍ਹਾ ਨੂੰ ਚੁਣਿਆ ਤੇ ਇੱਥੇ ਗੁਰੂ ਘਰ ਸਟੈਬਲਿਸ਼ ਕੀਤਾ ਬਣਾਇਆ ਇਹ ਵੈਸੇ ਬੇਸਿਕਲੀ ਜ਼ਰਾ ਏਰੀਆ ਜਿੰਨਾ ਇਲਾਕਾ ਹੈ ਰੈ residențial ਏਰੀਆ ਘਰੇ ਨਹੀਂ ਦੇ ਵਾਲੇ ਥੋੜੇ ਜਿਆਦਾ ਤੇ ਨਾਰਮਲੀ ਗੁਰੂ ਘਰ ਇੱਕ ਉਸ ਜਗ੍ਹਾ ਤੇ ਹੁੰਦਾ ਜਿੱਥੇ ਕੋਈ ਬਾਕੀ ਹੋਰ ਚਰਚ ਹੁੰਨ ਟੈਂਪਲ ਕੋਈ ਧਰਮ ਦੇ ਟੈਂਪਲ ਹੁੰਦਾ ਸਿੱਟੀ ਪਰਮਿਸ਼ਨ ਤਾਂ ਨਹੀਂ ਹੁੰਦੀ ਆ ਪਰ ਇੱਥੇ ਉਸ ਉਸ ਟਾਈਮ ਤੇ ਪਤਾ ਨਹੀਂ ਕਿਸ ਤਰ੍ਹਾਂ ਪਰਮਿਸ਼ਨ ਲਈ ਹੋਈਗੀ ਅ ਪਰ ਇੱਥੇ ਸਟੈਬਲਿਸ਼ ਆ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰੂਕਾਰ ਸਟਾਕਟਨ ਗੁਰੂਕਾਰ